ਸ਼੍ਰੀਕਾਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ 26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਤੇ ਸਿਆਸਤ ਗਰਮਾਈ ਸੁਨੀਲ ਜਾਖੜ ਨੇ ਕਿਹਾ ਖੋਦਿਆ ਪਹਾੜ ਤੇ ਨਿਕਲੀਆਂ ਤਸਵੀਰਾਂ ਪੰਜਾਬ ਦੀ ਝਾਕੀ ਨੂੰ ਇਸ ਲਈ ਪ੍ਰਵਾਨਗੀ ਨਹੀਂ ਮਿਲੀ ਕਿਉਂਕਿ ਉਸ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਸਨ ਪੰਜਾਬ ਦੀ ਝਾਕੀ ਵਿਵਾਦ ਤੇ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਦਖਲ ਦੇਣ ਦੀ ਅਪੀਲ ਸੁਖਬੀਰ ਬਾਦਲ ਨੇ ਕਿਹਾ ਪ੍ਰਧਾਨ ਮੰਤਰੀ ਦੇਸ਼ ਭਗਤ ਅਤੇ ਬਹਾਦਰ ਪੰਜਾਬੀਆਂ ਨਾਲ ਹੋ ਰਹੇ ਇਸ ਵਿਤਕਰੇ ਦਾ ਨੋਟਿਸ ਜ਼ਰੂਰ ਲੈਣ ਇਸ ਬੇਇਨਸਾਫੀ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸੁਨੀਲ ਜਾਖੜ ਤੇ ਕੀਤਾ ਪਲਟਵਾਰ ਕੰਗ ਨੇ ਕਿਹਾ ਜਾਖੜ ਕੇਂਦਰ ਸਰਕਾਰ ਦਾ ਪੱਖ ਪੂਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਝਾਕੀ 'ਚ ਕੋਈ ਕਮੀ ਨਹੀਂ ਸੀ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਹੋਈ ਤੀਜੀ ਮੀਟਿੰਗ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਅਤੇ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਦੀ ਦਿੱਤੀ ਚੇਤਾਵਨੀ ਚੰਡੀਗੜ੍ਹ ਦੇ ਨਾਲ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਰੈੱਡ ਅਲਰਟ ਕੀਤਾ ਜਾਰੀ ਸਰਹੱਦੀ ਇਲਾਕਿਆਂ 'ਚ ਵਿਜ਼ੀਬਿਲਟੀ 0 ਰਹਿਣ ਦੀ ਸੰਭਾਵਨਾ ਪ੍ਰਗਟਾਈ ਤੇ ਹੁਣ ਖਬਰਾਂ ਵਿਸਥਾਰ ਨਾਲ 26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਨਾ ਕਰਨ ਤੇ ਸੂਬੇ ਦੀ ਸਿਆਸਤ ਭਖ ਗਈ ਹੈ ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲਗਾਏ ਸਨ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਮਾਨ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ ਸੁਨੀਲ ਜਾਖੜ ਨੇ ਕਿਹਾ ਹੈ ਕਿ ਪਿਛਲੇ 17 ਸਾਲਾਂ 'ਚ ਇਹ 9ਵੀਂ ਵਾਰ ਹੈ ਜਦ ਪੰਜਾਬ ਦੀ ਝਾਕੀ 26 ਜਨਵਰੀ ਦੀ ਪਰੇਡ 'ਚ ਨਜ਼ਰ ਨਹੀਂ ਆਏਗੀ ਇਸ ਦੇ ਵੱਖ ਵੱਖ ਕਾਰਨ ਰਹੇ ਨੇ ਪਰ ਇਸ ਵਾਰ ਪੰਜਾਬ ਦੀ ਝਾਕੀ ਨੂੰ ਇਸ ਲਈ ਪ੍ਰਵਾਨਗੀ ਨਹੀਂ ਮਿਲੀ ਕਿਉਂਕਿ ਉਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਸਨ ਸੁਨੀਲ ਜਾਖੜ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਪਹਾੜ ਖੋਦਣ ਤੇ 2 ਫੋਟੋਆਂ ਨਿਕਲੀਆਂ ਨੇ 26 ਜਨਵਰੀ ਦੀ ਪਰੇਡ ਲਈ ਕਿਸੇ ਵੀ ਸੂਬੇ ਦੀ ਝਾਕੀ ਨੂੰ ਪ੍ਰਵਾਨਗੀ ਭਾਰਤੀ ਫੌਜ ਵੱਲੋਂ ਦਿੱਤੀ ਜਾਂਦੀ ਹੈ ਇਸ ਵਾਰ ਫੌਜ ਨੇ ਝਾਕੀ ਨਹੀਂ ਸਗੋਂ ਪੰਜਾਬ ਦਾ ਜਲੂਸ ਨਿਕਲਣ ਤੋਂ ਰੋਕਿਆ ਹੈ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿੱਚ ਪੰਜਾਬ ਦੀਆਂ ਝਾਕੀਆਂ ਨਹੀਂ ਦਿਖਾਈ ਜਾਣਗੀਆਂ ਪੰਜਾਬ ਦੀਆਂ ਝਾਕੀਆਂ ਬਾਹਰ ਕੱਢ ਦਿੱਤੀਆਂ ਗਈਆਂ ਨੇ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਤੇ ਪੰਜਾਬ ਦੀਆਂ ਝਾਕੀਆਂ ਰੱਦ ਕੀਤੇ ਜਾਣ ਤੇ ਕੇਂਦਰ ਨੂੰ ਪੰਜਾਬ ਦੇ ਉਲਟ ਦੱਸਿਆ ਹੁਣ ਇਸ ਮਾਮਲੇ ਤੇ ਸਿਆਸਤ ਲਗਾਤਾਰ ਵੱਧਦੀ ਜਾ ਰਹੀ ਹੈ ਇਸ ਮਾਮਲੇ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਜਾਖੜ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਗੈਰ ਵਜ੍ਹਾ ਸਿਆਸਤ ਕਰ ਰਹੇ ਹਨ ਇਹ ਝਾਕੀਆਂ ਕਿਸੇ ਤਕਨੀਕੀ ਪਹਿਲੂ ਕਾਰਨ ਰੱਦ ਹੋਈਆਂ ਹੋਣਗੀਆਂ ਇੱਕ ਤਾਂ ਗੱਲ ਆਈ ਵੀ ਹਰੇਕ ਸਾਲ ਪਹਿਲਾਂ ਝਾਕੀ ਜਾਂਦੀ ਨਹੀਂ ਵੱਖ ਵੱਖ ਕਾਰਨਾਂ ਕਰਕੇ ਪਰ ਐਤਕੀ ਜਦੋਂ ਗੱਲ ਆਈ ਵੀ ਕਹਿੰਦਾ ਪਿਛਲੀ ਵਾਰ ਵੀ ਸਾਡੀ ਰਿਜੈਕਟ ਕਰਤੀ ਇਹਦੇ ਵਿੱਚ ਪੋਲੀਟਿਕਸ ਘੋਲਣ ਦੀ ਜਿਹੜੀ ਕੋਝੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਉੱਥੇ ਸਾਰਾ ਦੁਨੀਆ ਦੇਖਦੀ ਹੈ ਬਾਹਰੋਂ ਆਏ ਫੋਰਨ ਡਿਗਨੇਟਰੀ ਐਤਕੀ ਫਰਾਂਸ ਵਾਲੇ ਆ ਰਹੇ ਹਰੇਕ ਸਾਲ ਕੋਈ ਨਾ ਕੋਈ ਇੱਥੇ ਬਾਹਰੋਂ ਹੈੱਡ ਆਫ ਦ ਸਟੇਟ ਆ ਕੇ ਉਹਨੂੰ ਦੇਖਦੇ ਹੈ ਉਹਦੇ ਵਿੱਚ 2 ਕਾਰਨ ਹੈ ਐਤਕੀ ਕਿਉਂ ਰਿਜੈਕਟ ਹੋਈ ਹੈ ਸਰ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ 1.5-2 ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ 'ਤੇ ਇੰਨੇ ਕੁ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਅਤੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਅਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਏ ਹੋਣਗੇ ਪੰਜਾਬ ਦੇ ਲੋਕ ਤੁਹਾਡੇ ਰਾਹੀਂ ਯਾਦ ਕਰਾਉਣਾ ਚਾਹੂੰਗਾ ਅਜੇ ਸ਼ਰਮਾ ਜੀ ਨੂੰ ਬਰਖਾਸਤ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਵੀ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਅਤੇ 35 ਕਰੋੜ ਰੁਪਏ ਤੁਸੀਂ ਉਹਦੇ 'ਤੇ ਐਡਵਰਟੀਜ਼ਮੈਂਟ ਦੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟ੍ਰਾਂਸਫਰ ਵੀ ਕਰਤਾ ਅਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣ ਆ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਝਾਕੀਆਂ ਬਣਨੀਆਂ ਕਲਚਰਲ ਡਿਪਾਰਟਮੈਂਟ ਬਣਾਉਂਦਾ ਅਤੇ ਕਲਚਰਲ ਡਿਪਾਰਟਮੈਂਟ ਅਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਇਹਦੇ ਵਿੱਚ ਸਾਰਾ ਐਡਵਰਟੀਜ਼ਮੈਂਟ ਦਾ ਪੈਸਾ ਇਹਨਾਂ ਦਾ ਤੁਰਿਆ ਜਾਂਦਾ ਹੁਣ ਓਵਰ ਅ ਪੀਰੀਅਡ ਆਫ ਟਾਈਮ ਇਹਨਾਂ ਨੇ ਸਾਰੇ ਜਿਹੜੇ ਜਿਹੜਾ ਨਾਂ ਕਰਦਾ ਸੀ ਵੀ ਅਸੀਂ ਇਹ ਐਡਵਰਟੀਜ਼ਮੈਂਟ ਦੇ ਤੁਹਾਡੀ ਫੋਟੋ ਲਾਉਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਉਹ ਸਾਰੇ ਕੱਢਤੇ ਸਭ ਉੱਥੇ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ 'ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦਾ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਅਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਹਨਾਂ ਨੂੰ ਡਿਊਟੀਜ਼ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ 'ਚ ਹਾਂ ਮਿਲਾਉਂਦੇ ਹੈ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾ ਤੀ ਝਾਂਕੀ ਦੇ
केजरीवाल साहब की भगवंत मान जी की। उन्होंने कहा तुम मजाक करी जाने हो, इस नैशनल इवेंट जो कर रहे हो एना की तस्वीर किमें लाओगे? कहने जी तस्वीर तो लगेगी। वो रेपूटेशन पंजाब दे नाल हुई है जी, जी इतने आ जी क्लीनिक लैके आम आदमी क्लीनिक लैके इन्होंने रौला पाया है। प्रसैजली दैट इज़ द सेम स्टोरी साहब, उन्होंने कहा नहीं लगेगा। उन्होंने इनफैक्ट जेडे सैरीमोनीयल विंग है आर्मी का आ जी झांकी है यदा सारे का सारा कंट्रोल उत्थे जो मोनीटर करते हैं सारे किस तरह टाइम बाउंड चलनी है परेड आर्मी करती है। आर्मी का एक सैरीमोनीयल विंग है, सैरीमोनीयल विंग दे एक ऑफिसर ने मैं दसिया कहता अस्त उन्होंने ऐ क्या जी तुम फोटो लानी ऐ करो झांकी के पैसे क्यों लाई जाने हो, दोनों मारथियों भेज दो इन्हों परेड च तोर दें दिखा दें पंजाब का आ रूप है। तो जिक्रयोग है कि 26 जनवरी नवी दिल्ली गणतंत्र दिवस परेड लई पंजाब दियां तजवीजशुदा तिने झाकियां रद्द हो गईयां ने, जिसते पंजाब दे लीडर केंद्र नूं घेर रहे ने। 26 जनवरी दी परेड च पंजाब दी झाकी नूं शामिल ना करन ते श्रोमणी अकाली दल दे प्रधान सुखबीर सिंह बादल ने भी अपनी प्रतिक्रिया दित्ती है। सुखबीर बादल ने प्रधानमंत्री मोदी तों इस मामले च दखल देण दी मंग कीती है। सुखबीर बादल ने कहा कि प्रधानमंत्री देश भगत अते बहादुर पंजाबियों नाल हो रहे इस वितकरे दा नोटिस जरूर लैण। सुखबीर बादल मुताबक शहीद आजम सरदार भगत सिंह, सरदार करतार सिंह सराभा, सरदार उधम सिंह ते लाला लाजपत राय जिहे आजादी संग्राम दे अणगिनत नायकां अते महान गुरु साहिबान ते साहिबजादियां दी शहादत दी विरासत नूं उजागर किते बिना कोई भी कौमी समागम किवें संपूर्ण मन्निया जा सकदा है। सुखबीर बादल ने शहीदां दी धरती नाल इस बेइंसाफी लई जिम्मेवार व्यक्ति दी पछाण करन अते उस नूं जवाबदेह बनाउण दी अपील कीती है। इस बार 26 जनवरी दी परेड विच पंजाब दी झाकी दिखाई नहीं देवेगी, जिस कारण पंजाब सरकार दे लीडरां विच तलखी नजर आ रही है ते ओह लगातार केंद्र दी भाजपा सरकार नूं घेरदे नजर आ रहे ने। इस ते पिछले दिन मुख्यमंत्री भगवंत मान वल्लों प्रैस कॉन्फ्रेंस करके केंद्र सरकार ते वड्डे निशाने साधे गए। मुख्यमंत्री का कहना है कि केंद्र जानबूझ के पंजाब नाल धक्का कर रहा है ते पंजाब नाल मतरेया व्यवहार कर रहा है। हुण पंजाब विच होर पार्टियां दे लीडर भी केंद्र दे सिरवैये ते एतराज जता रहे ने। परेड चो पंजाब दी झाकी बाहर कढे जाण दे मामले च श्रोमणी अकाली दल दे प्रधान सुखबीर सिंह बादल ने प्रधानमंत्री नरेंद्र मोदी नूं इस च दखल देण दी अपील कीती है। उन्होंने प्रधानमंत्री मोदी नूं पूरा अपील करदिआं कहा है कि ओह गणतंत्र दिवस दी परेड चो पंजाब दीआं झाकियां नूं बाहर करके सूबे दे माण मते बहादुर ते देश भगत पंजाबियां नाल कीते जा रहे वितकरे दे खिलाफ दखल देण। सुखबीर बादल ने कहा कि कोई भी कौमी समागम साडे महान गुरु साहिबान साहिबजादियां दी विरासत अते साडे अणगिणत नायकां दीआं शहादतां नूं उजागर कीते बगैर किवें संपूर्ण हो सकदा है। सुखबीर बादल ने कहा कि शहीदां दी धरती नाल अजिहे बेइंसाफी करन वालियां नूं जल्द पछाणिया जावे अते उन्हां दी जवाबदेही तय कीती जावे। तो दस दिए कि इस मामले में पंजाब भाजपा प्रधान सुनील जाखड़ का बयान भी सामने आया है, जिन्हों का कहना है कि किसी तकनीकी कारण करके ये झाकियां बाहर हुई होणगियां। उन्होंने कहा कि केंद्र जानबूझ के अजिहा नहीं कर रहा, जिसते आम आदमी पार्टी वालों भी सुनील जाखड़ के निशाने साधे गए ने। आम आदमी पार्टी का कहना है कि सुनील जाखड़ पंजाब के शहीदों नूं छड्ड के होर पासे हो गए ने। इस मामले ते लगातार सियासत गरमाउंदी जा रही है। ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਪਰੇਡ 'ਚੋਂ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਸੁਖਬੀਰ ਬਾਦਲ ਨੇ ਵੀ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਪੰਜਾਬ ਦੀ ਝਾਕੀ ਨੂੰ ਪਰੇਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਦੀ ਅਪੀਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 'ਤੇ ਕੋਈ ਫੈਸਲਾ ਲੈਂਦੇ ਨੇ ਜਾਂ ਫਿਰ ਨਹੀਂ। 26 ਜਨਵਰੀ ਦੇ ਝਾਕੀ ਵਿਵਾਦ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸੁਨੀਲ ਜਾਖੜ ਤੇ ਪਲਟਵਾਰ ਕੀਤਾ ਹੈ। ਕੰਗ ਨੇ ਕਿਹਾ ਕਿ ਜਾਖੜ ਕੇਂਦਰ ਸਰਕਾਰ ਦਾ ਪੱਖ ਪੂਰ ਰਹੇ ਨੇ। ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਝਾਕੀ 'ਚ ਕੋਈ ਕਮੀ ਨਹੀਂ ਸੀ, ਝਾਕੀ ਨੂੰ ਤੈਅ ਮਾਣਕਾਂ ਮੁਤਾਬਕ ਹੀ ਤਿਆਰ ਕੀਤਾ ਗਿਆ ਸੀ। ਕੰਗ ਨੇ ਕਿਹਾ ਕੇਂਦਰ ਨੇ ਪੰਜਾਬ ਦੀ ਝਾਕੀ ਹਟਾ ਕੇ ਇੱਕ ਹੋਰ ਗੁਨਾਹ ਕੀਤਾ ਹੈ। ਪੰਜਾਬ ਸੂਰਬੀਰਾਂ, ਯੋਧਿਆਂ, ਗੁਰੂਆਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ। ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਸੁਖਦੇਵ ਅਤੇ ਹੋਰ ਕਈ ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਨੇ। ਪੰਜਾਬ ਦੀ ਝਾਕੀ 'ਚ ਸੂਬੇ ਦੀ ਅਨਮੋਲ ਵਿਰਾਸਤ ਅਤੇ ਕੁਰਬਾਨੀਆਂ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਪਰ ਭਾਜਪਾ ਦੇ ਆਗੂ ਸਿਰਫ ਪ੍ਰਧਾਨ ਮੰਤਰੀ ਮੋਦੀ ਨੂੰ ਦੇਖਣਾ ਪਸੰਦ ਕਰਕੇ ਸੂਬੇ ਨਾਲ ਧਰੋਕ ਮਾਰੇ ਨੇ। ਕੰਗ ਨੇ ਕਿਹਾ ਪੰਜਾਬ ਦੇ ਲੋਕ ਅਜਿਹੇ ਲੀਡਰਾਂ ਨੂੰ ਕਦੀ ਵੀ ਮੁਆਫ਼ ਨਹੀਂ ਕਰਨਗੇ।
26 जनवरी की परेड विच पंजाब दे झाकियां रद्द किए जाने तो बाद पंजाब दी सियासत लगातार महकती जा रही है। सुनील जाखड़ वालों पंजाब दे मुख्यमंत्री भगवंत मान नूं घेरदे हुए इस दा कारण कोई तकनीकी दस्या गया है। उन्हां दा कहना है कि किसी तकनीकी कारण कारण ही यह झाकियां रद्द होईयां होणगियां। हुण पंजाब च आम आदमी पार्टी के मुख बुलारे मालविंदर कंग ने सुनील जाखड़ नूं ही जवाब दिता है। उन्हां कहा कि भाजपा प्रधान सुनील जाखड़ ने बिल्कुल कोरा झूठ बोलिया है क्योंकि साडे कॉन्सेप्ट विच कोई भी खराबी नहीं सी। इस दे नाल ही इस मुद्दे ते सुनील जाखड़ नूं घेरदे दिखाई दिते। बीजेपी प्रधान सुनील जाखड़ ने अज बिल्कुल कोरा झूठ बोलिया है कि जिहड़ियां पंजाब सरकार ने झांकियां भेजियां सी 26 जनवरी ते उन्हां नूं लैके जिस तरीके नाल अज उन्हां ने झूठ बोलिया है। पहली गल ते जाखड़ साहब कल माणयोग मुख्यमंत्री जी ने जिहड़े असीं कॉन्सेप्ट भेजे सी माई भागो दा नारी शक्ति दा प्रतीक साडे महान शहीद करतार सिंह सराभा शहीद आजम भगत सिंह राजगुरु सुखदेव ਅਤੇ ਪੰਜਾਬ ਦਾ ਵਿਰਸਾ ਔਰ ਕਲਚਰ ਤੁਸੀਂ ਦਲੀਲ ਦੇ ਰਹੇ ਹੋ ਕਿ ਪੰਜਾਬ ਨੂੰ ਪਹਿਲੀ ਪਿਛਲੇ ਸਾਲਾਂ 'ਚ ਵੀ ਨਕਾਰਿਆ ਗਿਆ ਔਰ ਪਿਛਲੇ ਮੁੱਖ ਮੰਤਰੀਆਂ ਨੇ ਕੋਈ ਓਬਜੈਕਸ਼ਨ ਨਹੀਂ ਕੀਤਾ। ਦੇਖੋ ਕੈਪਟਨ ਅਮਰਿੰਦਰ ਹੋਣ ਚਾਹੇ ਬਾਦਲ ਸਾਹਿਬ ਹੋਣ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਇਤਰਾਜ਼ ਕੀਤਾ ਕਿ ਨਹੀਂ ਕੀਤਾ, ਲੇਕਿਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਆਪਣੇ ਪੰਜਾਬ ਨੂੰ ਲੈ ਕੇ ਆਪਣੇ ਵਿਰਸੇ ਨੂੰ ਲੈ ਕੇ ਪੂਰੇ ਚੌਕੰਨੇ ਹੈ, ਚੌਕਸ ਹੈ ਔਰ ਫਿਕਰਮੰਦ ਹੈ। ਲੇਕਿਨ ਤੁਹਾਡੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਜਲੂਸ ਨਿਕਲ ਜਾਣਾ ਸੀ, ਕਿ ਕਰਤਾਰ ਸਿੰਘ ਸਰਾਭੇ ਨਾਲ ਪੰਜਾਬ ਦਾ ਜਲੂਸ ਨਿਕਲਦਾ ਹੈ, ਸ਼ਹੀਦ ਆਜਮ ਭਗਤ ਸਿੰਘ ਨਾਲ ਦੇਸ਼ ਦਾ ਜਲੂਸ ਨਿਕਲਦਾ ਹੈ, ਜਲੂਸ ਨਿਕਲਦਾ ਹੈ ਅਤੇ ਜਾਖੜ ਸਾਹਿਬ ਮਾਫ਼ੀ ਵੀਰ ਨਾਲ ਨਿਕਲਦਾ ਹੈ ਜਿਹੜੀ ਤੁਹਾਡੀ ਪਾਰਟੀ ਦਾ ਆਈਕਨ ਹੈ। ਤੁਹਾਡੀ ਪਾਰਟੀ ਵੀਰ ਸਾਵਰਕਰ ਮਾਫ਼ੀ ਵੀਰ ਨੂੰ ਆਪਣਾ ਆਈਕਨ ਮੰਨਦੀ ਹੈ। ਤੁਹਾਨੂੰ ਤਾਂ ਨਫ਼ਰਤ ਹੋਣੀ ਹੈ ਸਰਾਭੇ ਤੋਂ, ਤੁਹਾਨੂੰ ਨਫ਼ਰਤ ਹੋਣੀ ਹੈ ਭਗਤ ਸਿੰਘ ਤੋਂ, ਤੁਹਾਨੂੰ ਨਫ਼ਰਤ ਹੋਣੀ ਹੈ ਪੰਜਾਬ ਦੇ ਕਿਸਾਨਾਂ ਤੋਂ। ਤੁਸੀਂ ਕਹਿ ਰਹੇ ਹੋ ਕਿਸਾਨਾਂ ਦਾ ਜਿਹੜਾ ਕੰਸੈਪਟ ਉਹਦੇ ਨਾਲ ਜਲੂਸ ਨਿਕਲ ਜਾਣਾ ਸੀ, ਕਿਉਂ? ਕਿਉਂਕਿ ਇਹੀ ਪੰਜਾਬ ਦੇ ਉਹ ਕਿਸਾਨ ਜਿਨ੍ਹਾਂ ਨੇ ਮੋਦੀ ਸਾਹਿਬ ਦੇ ਅਹੰਕਾਰ ਨੂੰ ਤੋੜਿਆ, ਇਸ ਕਰਕੇ ਤੁਹਾਡੀ ਭਾਜਪਾ ਨੂੰ ਪੰਜਾਬ ਨਾਲ ਨਫ਼ਰਤ ਹੈ। ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰਤਾ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਬਾਹਰ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੰਜਾਬ ਦੇ ਲੀਡਰ ਲਗਾਤਾਰ ਕੇਂਦਰ ਸਰਕਾਰ ਤੇ ਵਰਦੇ ਨਜ਼ਰ ਆ ਰਹੇ ਨੇ। ਹੁਣ ਇਹ ਲੜਾਈ ਆਮ ਆਦਮੀ ਪਾਰਟੀ ਵਰਸਸ ਭਾਜਪਾ ਹੁੰਦੀ ਨਜ਼ਰ ਆ ਰਹੀ ਹੈ। ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਤੇ ਅੱਜ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਤੀਜੀ ਮੀਟਿੰਗ ਹੋਈ। ਇਸ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ, ਜਦਕਿ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪੋ ਆਪਣੀ ਟੀਮ ਨਾਲ ਮੌਜੂਦ ਰਹੇ। ਦੱਸ ਦਈਏ ਕਿ ਸੁਪਰੀਮ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗੀ। ਅੱਜ ਦੀ ਇਸ ਮੀਟਿੰਗ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਅਗਲੇ ਸਾਲ ਲੋਕ ਸਭਾ ਚੋਣਾਂ ਨੇ। ਇਸ ਲਈ ਕੇਂਦਰ ਸਰਕਾਰ ਦੋਵਾਂ ਰਾਜਾਂ ਦੀ ਸਹਿਮਤੀ ਨਾਲ ਕੋਈ ਵਿਚਕਾਰਲਾ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ SYL ਦੇ ਨਿਰਮਾਣ ਨੂੰ ਲੈ ਕੇ ਆਪਣੇ ਪੁਰਾਣੇ ਸਟੈਂਡ 'ਤੇ ਕਾਇਮ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇੱਕ ਬੂੰਦ ਵੀ ਪਾਣੀ ਫਾਲਤੂ ਨਹੀਂ ਹੈ। ਦੂਜੇ ਪਾਸੇ ਹਰਿਆਣਾ ਪੰਜਾਬ ਸਰਕਾਰ ਤੇ ਮਸਲੇ ਦੇ ਹੱਲ ਲਈ ਸਹਿਯੋਗ ਨਾ ਦੇਣ ਦਾ ਆਰੋਪ ਲਗਾਉਂਦਾ ਰਿਹਾ। ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਤੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਜੇਲ੍ਹ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਇਸ ਵਿਵਾਦ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਇਹ ਤੀਜੀ ਮੀਟਿੰਗ ਹੈ। ਪਹਿਲੀਆਂ ਦੋ ਮੀਟਿੰਗਾਂ ਬੇਸਿੱਟਾ ਰਹੀਆਂ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ SYL ਨਹਿਰ ਦੀ ਉਸਾਰੀ ਨਾਲ ਸੰਬੰਧਿਤ ਕਿਸੇ ਵੇੜੀਕੇ ਜਾਂ ਮੁੱਦਿਆਂ ਨੂੰ ਹੱਲ ਕਰਨ ਲਈ ਮੀਟਿੰਗ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਭਾਵੇਂ ਮਾਨ ਨੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਉਹ ਪਹਿਲਾਂ ਵਾਂਗ ਇਸ ਗੱਲ ਤੇ ਅੜੇ ਹੋਏ ਹਨ ਕਿ ਉਹਨਾਂ ਦੇ ਸੂਬੇ ਕੋਲ ਵੰਡਣ ਲਈ ਪਾਣੀ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਮਾਨਯੇ ਜਲ ਸ਼ਕਤੀ ਮੰਤਰੀ ਭਾਰਤ ਸਰਕਾਰ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ, ਸਾਰੇ ਹਰਿਆਣੇ ਦੇ ਅਧਿਕਾਰੀ, ਸੈਂਟਰ ਸਰਕਾਰ ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ, ਮੀਟਿੰਗ ਹੋਈ ਹੈ SYL ਦੇ ਮੁੱਦੇ 'ਤੇ, ਕਿਉਂਕਿ ਮਾਨਯ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤਾਂ ਮਾਨਯ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਦੋਨਾਂ ਨੂੰ ਬਿਠਾ ਕੇ ਗੱਲਬਾਤ ਕਰੋ, ਕੋਈ ਅਗਲਾ ਰਸਤਾ ਕੋਈ ਨਿਕਲਦਾ, ਕੋਈ ਹੱਲ ਨਿਕਲਦਾ ਤਾਂ ਉਹਦੇ ਗੱਲਬਾਤ ਕਰੋ। ਤਾਂ ਅੱਜ ਪੰਜਾਬ ਵੱਲੋਂ ਮੈਂ ਆਪਣਾ ਪੱਖ ਰੱਖਿਆ, ਇਹ ਪੱਖ ਮੈਂ ਪਹਿਲਾਂ ਵੀ ਰੱਖ ਚੁੱਕਿਆ।
मेरे मूँह जबानी याद है सर कि साढ़े को पानी है नहीं तो नहर किमें बना दिए तो हरियाणा कहता कि पहला नहर बना दो फिर देख लेंगे। मतलब हैरानी की गल ये है जो तो पानी है नहीं नहर कहते वास्ते बना। सो 25 साल बाद रिपेरियन लॉ पूरी दुनिया जड़े ने और रिव्यू किए जाते हैं पर यह साडा जिहड़ा एग्रीमेंट है कदे रिव्यू नहीं किया गया। असीं एक होर भी सजेशन दिता है जो कि भारत सरकार जिहड़ी इंटरनेशनल लैवल ते लै सकदी है कि चनाब तो रावी तक इंडस्ट्रीटी सी एक इंडस्ट्रीटी उहदे विच चनाब तो रावी तक एक टनल बननी सी जिहदे विच 5 मिलियन एकड़ फीट पानी आना सी पर वो पता नहीं क्यों नहीं बनाई गई। वो जे बना ली जाए तो रावी दे विच पानी आऊगा तो असी उही वाई एस वाला फार्मूला दिता है कि यमुना चो पानी हरियाणे नूं दे दो सानू उहदे कोई आपत्ति नहीं। हालांकि जदों पंजाब ते हरियाणा इकट्ठे सी तां यमुना दे विच पंजाब दा हिस्सा बनदा सी जिहड़ा वड्डा पंजाब सी जदों पंजाब अलग हो गया कहिंदे हरियाणे दा हिस्सा तां हैगा पर हुण इच पंजाब दा नहीं हैगा तां फिर हरियाणा जिहड़ा ओह साडा भाई है छोटा भाई है असी कोई विरोध नहीं करदे। इस दे नाल ही मनोहर लाल कहिंदे रहे हन कि SYL दे निर्माण दा राज्यां विच पानी दी वंड नाल कोई लेना देना नहीं है। पानी दी वंड दा विवाद वखरा मुद्दा है इस नूं अथॉरिटी हल करेगी। हरियाणा सरकार ने उम्मीद जताई है कि पंजाब सरकार इस मसले दे हल लई सहयोग करेगी। इस तों पहलां दोवां मुख्यमंत्रियों विचाले 14 अक्तूबर 2022 अते 4 जनवरी 2023 नूं मीटिंग हुई सी। पहली मीटिंग विच जल शक्ति मंत्री भी मौजूद सन। हरियाणा सरकार ने यह भी दोष लाया कि पंजाब सरकार दे ना पक्के रवैये कारण SYL नहर ते होईयां सारियां मीटिंगां बेसिट्टा रहियां जदके मुख्यमंत्री भगवंत मान पानी ना होण दा हवाला दे रहे हन। इंडिया अलायंस दे तहत पंजाब च आम आदमी पार्टी नाल गठजोड़ नूं लै के सूबा कांग्रेस दो धड़ियां च वंडी विखाई दे रही है। इन्हां विचों इक धड़ा नवजोत सिंह सिद्धू ते रवनीत सिंह बिट्टू दा जो हाईकमान वालों लए जाण वाले किसी भी फैसले ते फुल चढ़ाउण नूं तैयार है ते दूजे पासे पंजाब कांग्रेस दे प्रधान राजा वड़िंग ते विरोधी धिर दे आगू प्रताप सिंह बाजवा दा धड़ा है जो आम आदमी पार्टी नाल किसी भी तरह का गठजोड़ करन दा विरोध कर रहे हैं। दोवां धड़ियां वालों एक दूजे ते सियासी निशाने भी साधे जा रहे हैं। अज कांग्रेस दे सीनियर लीडर नवजोत सिंह सिद्धू ने अपने सोशल मीडिया अकाउंट ते एक पोस्ट सांझी कीती है। इस पोस्ट च प्रताप सिंह बाजवा नूं कई तरह के सवालों के कटहरे च खड़ा किया गया है। भारत पद्धर ते भाजपा दे विरोधी पार्टियां दा एक वड्डा गठजोड़ बनाया गया है जिस नूं इंडिया दा नाम दिता गया है जिस विच कांग्रेस ते आम आदमी पार्टी भी शामिल है पर इस गठजोड़ दा पंजाब विच कोई असर हुंदा दिखाई नहीं दे रहा क्योंकि पंजाब विच आम आदमी पार्टी दे लीडर ते कांग्रेस दे लीडर आपो अपना सुर अलाप रहे ने ते 13 दे 13 सीटां ते लोकसभा चोणां लड़न दी गल आख रहे ने। इसते कांग्रेस वल्लों दिल्ली विच एक मीटिंग बुलाई गई जिस विच पंजाब कांग्रेस दे लीडर शामिल होए। इस मीटिंग विच पंजाब कांग्रेस दे लीडरां विच आपस विच पए पाड़ नूं भरन दी कोशिश कीती गई। कहा जा रहा है कि यह मीटिंग नवजोत सिंह सिद्धू दे बाकी लीडरां नालों वखरे सुर कारण बुलाई गई सी पर इसके बावजूद पंजाब कांग्रेस के सबका प्रधान नवजोत सिंह सिद्धू लगातार हमलावर नजर आ रहे ने। नवजोत सिंह सिद्धू वालों एक बार फिर एक पोस्ट सांझी की गई है। यह पोस्ट सांझी करते हुए उन्होंने अपने ट्वीट उत्ते धन्यवाद लिखा है। इस पोस्ट विच लिखा गया है कि पंजाब दा प्रताप बाजवा नूं जवाब पंजाब तुहाडे तों पुछदा है कि जदों 4.5 साल कैप्टन दी सरकार सी जिन्हें अपने कार्यकाल दौरान कोई वादा पूरा नहीं किया जिन्हें गुटका साहब की सहु खा के पंजाब नाल विश्वासघात किया घर घर नौकरी किसानों की कर्जा मुआफ़ी नौजवानों स्मार्टफोन देने दे वादे कि वह कांग्रेस पार्टी की हार का कारण नहीं सी। बाजवा साहब श्री नवजोत सिंह सिद्धू जदों कैप्टन नूं जाती तौर पर पंजाब नाल किए गए वादियां नूं पूरा करन नूं लै के सवाल ते सवाल करते सी उदों तुसीं दिल्ली सुते पए सी। श्री नवजोत सिंह सिद्धू प्रधान बनने तों बाद ਜਦੋਂ ਤੁਹਾਡੇ ਕੋਲ ਆਏ ਤੁਸੀਂ 100-100 ਗਾਲ ਕੈਪਟਨ ਨੂੰ ਕੱਢਦੇ ਹੋ ਤੇ ਉਸੇ ਹੀ ਰਾਤ ਤੁਸੀਂ ਕੁੱਕੜ ਦੀਆਂ ਟੰਗਾਂ ਫੜ ਕੇ SSP ਲਗਾਉਣ ਲਈ ਕੈਪਟਨ ਦੀ ਗੋਦੀ ਵਿੱਚ ਬੈਠ ਜਾਂਦੇ ਹੋ ਕਿ ਇਹ ਪੰਜਾਬ ਨਾਲ ਵਿਸ਼ਵਾਸਘਾਤ ਨਹੀਂ। ਇਸ ਦੇ ਨਾਲ ਇਸ ਪੋਸਟ ਵਿੱਚ ਪ੍ਰਤਾਪ ਬਾਜਵਾ ਤੋਂ ਵੱਡੇ ਸਵਾਲ ਕੀਤੇ ਗਏ ਜਿਸ ਨੂੰ ਦੇਖ ਕੇ ਇਹ ਜਾਪਦਾ ਹੈ ਕਿ ਪੰਜਾਬ ਕਾਂਗਰਸ ਵਿੱਚ ਹਾਲੇ ਵੀ ਸਭ ਕੁਝ ਠੀਕ ਨਹੀਂ ਹੈ। ਨਵਜੋਤ ਸਿੰਘ ਸਿੱਧੂ ਲਗਾਤਾਰ ਵੱਡੇ ਸਵਾਲ ਕਰ ਰਹੇ ਨੇ। ਉਹ ਹੁਣ ਤੱਕ ਨਾਮ ਲਏ ਬਿਨਾਂ ਕਾਂਗਰਸ ਦੇ ਕਈ ਵੱਡੇ ਲੀਡਰਾਂ ਤੇ ਨਿਸ਼ਾਨੇ ਸਾਧ ਚੁੱਕੇ ਨੇ ਜਿਸ ਕਾਰਨ ਕਾਂਗਰਸ ਖਿੜਦੀ ਦਿਖਾਈ ਦੇ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਪਣੇ ਆਪ ਵਿੱਚ ਕੀ ਬਦਲ ਕਰਦੀ ਹੈ। ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ। ਚੰਡੀਗੜ੍ਹ ਸਮੇਤ 11 ਜ਼ਿਲ੍ਹਿਆਂ
ਅੰਮ੍ਰਿਤਸਰ, ਤਰਨ ਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਲਈ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ। ਮੌਸਮ ਮਾਹਿਰਾਂ ਮੁਤਾਬਕ ਪੱਛਮੀ ਗੜਬੜੀ ਕਾਰਨ ਨਵੇਂ ਸਾਲ ਦਾ ਸਵਾਗਤ ਸੰਘਣੀ ਧੁੰਦ ਅਤੇ ਮੀਂਹ ਨਾਲ ਹੋ ਸਕਦਾ ਹੈ। ਪੱਛਮੀ ਗੜਬੜੀ ਕਾਰਨ ਸੂਬੇ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਠੰਡ ਦਾ ਪ੍ਰਕੋਪ ਵੀ ਵਧੇਗਾ। ਪੰਜਾਬ 'ਚ ਅਗਲੇ ਕੁਝ ਦਿਨ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਰਹੱਦੀ ਇਲਾਕਿਆਂ 'ਚ ਵਿਜ਼ੀਬਿਲਟੀ 0 ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਧੁੰਦ ਕਾਰਨ ਪੂਰੇ ਪੰਜਾਬ ਵਿੱਚ ਨਿੱਤ ਸੜਕ ਹਾਦਸੇ ਦੇਖਣ ਨੂੰ ਮਿਲ ਰਹੇ ਨੇ, ਜਿਸ ਕਾਰਨ ਸੂਬੇ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਸੂਬੇ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਫਿਰ ਧੁੰਦ ਦੀ ਇਹ ਚਾਦਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲੀ, ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਗਈ। ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਰਫ਼ਤਾਰ ਮੱਠੀ ਹੁੰਦੀ ਜਾਪਦੀ ਹੈ। ਇਸ ਸੰਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਸਰਦੀ ਦੀ ਪਹਿਲੀ ਧੁੰਦ ਪੈ ਗਈ ਹੈ, ਜਿਸ ਕਾਰਨ ਮੌਸਮ ਠੰਡਾ ਹੋ ਗਿਆ ਅਤੇ ਧੁੰਦ ਵੱਧ ਗਈ ਹੈ। ਇਸ ਕਾਰਨ ਵਿਜ਼ੀਬਿਲਟੀ ਵੀ ਘੱਟ ਹੋ ਗਈ ਹੈ। ਇਸ ਕਾਰਨ ਵਾਹਨਾਂ ਦੀ ਰਫ਼ਤਾਰ ਵੀ ਘੱਟ ਹੋ ਗਈ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਹੋਰ ਲੋਕਾਂ ਨੂੰ ਵੀ ਵਾਹਨ ਧਿਆਨ ਨਾਲ ਚਲਾਉਣ ਦੀ ਅਪੀਲ ਕੀਤੀ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ। ਪਿਛਲੇ ਕੁਝ ਦਿਨਾਂ ਤੋਂ ਕਈ ਜ਼ਿਲ੍ਹਿਆਂ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਠੰਡ ਦੇ ਧੁੰਦ ਦਾ ਕਹਿਰ ਜਾਰੀ ਹੈ। ਲੋਕ ਠੰਡ ਤੋਂ ਬਚਣ ਲਈ ਗਰਮ ਕੱਪੜੇ ਅਤੇ ਅੱਗ ਦਾ ਇਸਤੇਮਾਲ ਕਰ ਰਹੇ ਹਨ। ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ 7 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਪਟਿਆਲਾ ਦੀ ਡਿਪਟੀ ਕਮਿਸ਼ਨਰ ਵੱਲੋਂ ਵੀ ਇਹਨਾਂ ਦਿਨਾਂ ਵਿੱਚ ਸਵੇਰੇ ਸਵੇਰੇ ਹਾਈਵੇ ਉੱਤੇ ਸਫ਼ਰ ਨਾ ਕਰਨ ਦੀ ਅਪੀਲ ਕੀਤੀ ਗਈ। ਸ੍ਰੀ ਮੁਕਤਸਰ ਸਾਹਿਬ ਵਿਖੇ ਧੁੰਦ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਧੁੰਦ ਕਾਰਨ ਲੋਕਾਂ ਨੂੰ ਸਫ਼ਰ ਕਰਨ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ 0 ਵਿਜ਼ੀਬਿਲਟੀ, ਪਟਿਆਲਾ ਵਿੱਚ 10 ਮੀਟਰ, ਬਠਿੰਡਾ, ਆਦਮਪੁਰ, ਹਲਵਾਰਾ ਵਿੱਚ 50 ਮੀਟਰ ਤੋਂ ਘੱਟ ਵਿਜ਼ੀਬਿਲਟੀ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਰੈੱਡ ਅਲਰਟ ਜਾਰੀ ਕਰ ਦਿੱਤਾ। ਇਸ ਤਹਿਤ ਪੰਜਾਬ ਦੇ 16 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਰੂਪਨਗਰ 'ਚ ਸਵੇਰੇ ਅਤੇ ਸ਼ਾਮ ਨੂੰ ਬਹੁਤ ਸੰਘਣੀ ਧੁੰਦ ਛਾਈ ਰਹੇਗੀ, ਜਦੋਂ ਕਿ ਲੁਧਿਆਣਾ ਦਾ ਘੱਟੋ ਘੱਟ ਤਾਪਮਾਨ 5.2 ਡਿਗਰੀ ਦੇ ਨਾਲ ਪੰਜਾਬ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ। ਲੁਧਿਆਣਾ ਵਿੱਚ ਤਾਪਮਾਨ ਆਮ ਨਾਲੋਂ 0.1 ਡਿਗਰੀ ਘੱਟ ਦਰਜ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਠੰਡ ਦਾ ਪ੍ਰਕੋਪ ਹੋਰ ਜ਼ਿਆਦਾ ਵੱਧ ਸਕਦਾ ਹੈ। ਸੂਰਜ ਚੜ੍ਹਨ ਦੇ ਸੰਕੇਤ ਵੀ ਬਹੁਤ ਘੱਟ ਹਨ। ਸੂਰਜ ਨਾ ਚੜ੍ਹਨ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ ਘੱਟ ਹੀ ਰਹੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਸਮ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਾਵਧਾਨੀਆਂ ਵਰਤਣ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ 10 ਮਿੰਟ ਲਈ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕੀਤਾ ਗਿਆ। ਇਸ ਮੌਕੇ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਤੇ ਸ਼ਹੀਦੀ ਦਿਹਾੜੇ ਦੇ ਇਤਿਹਾਸ ਸੰਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ। ਇਸ ਮੌਕੇ ਦੀਵਾਨ ਟੋਡਰਮੱਲ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸੰਸਕਾਰ ਲਈ ਜ਼ਮੀਨ ਮੁੱਲ ਖਰੀਦ ਕੇ ਗੁਰੂ ਘਰ ਦੀ ਸੇਵਾ ਕੀਤੀ ਤੇ ਸ਼ਹਾਦਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉੱਧਰ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਸ਼ਹੀਦੀ ਸਭਾ ਦੇ ਅੱਜ 3ਜੇ ਦਿਨ ਸਮਾਪਤੀ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦਾ ਅੱਜ 3ਜਾ ਤੇ ਆਖਰੀ ਦਿਨ ਹੈ। 26 ਦਸੰਬਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ, ਜਿਸ ਮਗਰੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਭੀੜ ਨੇ ਪਾਲਕੀ ਸਾਹਿਬ ਨੂੰ ਮੱਥਾ ਟੇਕਿਆ। ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਅੰਮ੍ਰਿਤ ਸੰਚਾਰ ਸਮਾਗਮ ਕੀਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਮੂਹ ਸੰਗਤ ਨੂੰ ਸਵੇਰੇ 10 ਵਜੇ 10 ਮਿੰਟ ਲਈ ਮੂਲ ਮੰਤਰ ਦਾ ਪਾਠ ਕਰਨ ਦੀ ਅਪੀਲ ਕੀਤੀ। ਬੀਤੇ ਦਿਨੀ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਵਿਖੇ ਕੀਰਤਨ ਉਪਰੰਤ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸਾਹਿਬਜ਼ਾਦੇ ਦੇ ਇਤਿਹਾਸ ਦੀ ਕਥਾ ਕੀਤੀ। ਸਾਰਾ ਦਿਨ ਗੁਰਬਾਣੀ ਕੀਰਤਨ ਦਾ ਪ੍ਰਭਾਵ ਚੱਲਦਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੋਡਰਮੱਲ ਦੀਵਾਨ ਹਾਲ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਵੀ ਸਜਾਏ ਗਏ, ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਢਾਡੀ ਅਤੇ ਕਵੀਸ਼ਰੀ ਰਥਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਦਾ ਜੀਵਨ ਇਤਿਹਾਸ ਸੰਗਤ ਨੂੰ ਸਰਵਣ ਕਰਵਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਲਈ ਵਿਸ਼ਾਲ ਪੱਧਰ ਉੱਤੇ ਲੰਗਰ, ਮੈਡੀਕਲ ਸਹੂਲਤ, ਰਿਹਾਇਸ਼,
धार्मिक साहित्य प्रदर्शनियों के पुख्ता प्रबंध किए गए। इस दे नाल ही संगत ते सेवा सोसायटी वालों वड्डी पद्धर उत्ते संगत की सेवा लई वख-वख तरह के प्रबंध किए गए। शहीदी सभा दौरान दशम पातशाह जी के छोटे साहबजादों ते माता गुजरी जी नूं श्रद्धा ते सत्कार भेट करने लई धार्मिक राजसी ते समाजिक शख्सियतां ने गुरद्वारा श्री फतेहगढ़ साहब विखे हाजरी लगवाई। इस मौके संगतां वालों हजारां की गिणती विच लंगर लगाए गए जिथे गुरद्वारा साहब विखे नतमस्तक होने वाली संगत ने जल पान किया। मस्तुआना साहब विच संत बाबा अतर सिंह दी याद विच बनन वाले मेडिकल कॉलेज दी जमीन नूं लैके लगभग 1.5 साल तो चल रहा विवाद हल होण दे आसार ने। पिछले 7 महीनों तो मस्तुआना साहब विच श्रोमणी गुरुद्वारा प्रबंधक कमेटी अते श्रोमणी अकाली दल दे खिलाफ चल रहे पक्के मोर्चे की अगवाई कर रही वख-वख किसान जथेबंदियों की संघर्ष कमेटी अते श्रोमणी कमेटी ते श्रोमणी अकाली दल विचकार इस विवाद नूं सुलझाउण लई आपसी सहमति बन गई है। जमीन के विवाद को कानूनी पक्ष तो सुलझाने लिए जनवरी के पहले हफ्ते पंजाब सरकार के एडवोकेट जनरल और SGPC के सीनियर एडवोकेट विचकार अहम मीटिंग होगी। आज स्थानक रेस्ट हाउस च संबंधित धड़िया वालों सांझी प्रेस कॉन्फ्रेंस दौरान यह जानकारी सांझी की गई है। श्रोमणी अकाली दल श्रोमणी गुरुद्वारा प्रबंधक कमेटी ते संयुक्त किसान मोर्चा विचाले सहमति बन गई है। यह सहमति मस्तवान साहब विखे बंड वाली मेडिकल कॉलेज नूं लैके बनी है जिस तहत पंजाब सरकार दे एडवोकेट जनरल नाल मीटिंग करके इस मसले दे हल लई कानूनी अड़चणा नूं दूर करन लई राबता कायम कीता जाएगा। इस बारे श्रोमणी अकाली दल दे आगू बिंदरजीत सिंह गोल्टी ने दस्या कि संत अतर सिंह मस्तुआना दे नां ते बंड वाले मेडिकल कॉलेज संबंधी श्रोमणी अकाली दल दे प्रधान सुखबीर सिंह बादल अते SGPC दे प्रधान हरजिंदर सिंह धामी वालों भी वड्डे पद्धर ते कोशिशां कीतियां जा रहियां ने। इस ते किसानां वालों भी उन्हां दा साथ देण दी गल आखी गई। संत महाराज अतर सिंह जी दे नाम ते बनने वाले मेडिकल कॉलेज जो मस्तुआना साहब विखे बनना है उस संबंध दे विच अज दी इह प्रेस कॉन्फ्रेंस जिहड़ी है ਉਹਦੇ 'ਚ ਜਿੱਥੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਕੀਲ ਹੋਣ ਦੇ ਨਾਤੇ ਐਂ ਲਾ ਲਓ ਅਤੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ ਉੱਥੇ ਮੈਡੀਕਲ ਕਾਲਜ ਬਣਾਉਣ ਦੇ ਸੰਬੰਧ ਦੇ ਵਿੱਚ ਮੋਰਚਾ ਲਾਇਆ ਸੀ ਜਿਹੜੇ ਪਿਛਲੇ ਮਤਲਬ 1.5 ਸਾਲ ਤੋਂ 1.25 ਸਾਲ ਤੋਂ ਤਕਰੀਬਨ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਮਨਦੀਪ ਜੀ ਹੋਰੀ ਸਾਹਿਬ ਸਿੰਘ ਜੀ ਹੋਰੀ ਸਰਦਾਰ ਬਲਦੇਵ ਸਿੰਘ ਜੀ ਸਾਰੇ ਜਿੰਨੇ ਨੇ ਸਾਰੇ ਅੱਜ ਅਸੀਂ ਇੱਥੇ ਬੈਠੇ ਹਾਂ क्योंकि इस मुद्दे ते सारिया दा मन सी कि यह जिहड़ा मैडिकल कॉलेज बनना चाहिए चाहे वह श्रोमणी गुरद्वारा प्रबंधक कमेटी सी चाहे वह श्रोमणी अकाली दल सी चाहे वह कौंसल है संयुक्त किसान मोर्चा है या बाबा जी होरी ने जिहड़े दर्शन जी वह सारिया दा इक विचार सी पर चलो किते ना किते पिछले लंबे समय दे विच बहुत सारिया गलत फहमियां भी सी बहुत लोगों नूं कई चीज़ां बोलियां गईयां पर अज लंबे समय के संघर्ष तो बाद जिहड़ा पिछला काफ़ी लंबे समय तो तकरीबन मैनू भी 5 तो 6 महीने हो गए इस ते वर्किंग करदिआं नूं ते बड़ा उतरा चढ़ा आया ते जिथे सरकार कहिंदी सी कि असी गल नहीं करनी जां कई वारी श्रोमणी कमेटी वालों कई चीज़ां नहीं हो रही सियां जां असी कहीए कि किते कौंसल वालों कमी सी जां किते जिहड़ी है मोर्चे वालों कमी सी उह सारिआं नूं दूर करदे होए हुण साडा जिहड़ा अगला असी इक बड़े अगले अहम पड़ाव दे उपर पहुंचे हां ਉਹ ਪੜਾਅ ਹੈਗਾ ਕਿ ਹੁਣ ਦੋਨੇ ਧਿਰਾਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਹੜੀ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਹੋਊ। ਤੁਹਾਨੂੰ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਮੈਡੀਕਲ ਕਾਲਜ ਨੂੰ ਬਣਾਉਣ ਲਈ 7 ਮਹੀਨਿਆਂ ਤੋਂ ਮਸਤਵਾਣਾ ਸਾਹਿਬ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਜੇਕਰ ਇਸ ਵਾਰ ਵੀ ਮੈਡੀਕਲ ਕਾਲਜ ਸੰਬੰਧੀ ਕੋਈ ਗੱਲਬਾਤ ਸਿਰੇ ਨਹੀਂ ਚੜ੍ਹਦੀ ਤਾਂ ਸੰਤ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਦੀ ਬਰਸੀ ਮੌਕੇ ਇਸ ਸੰਘਰਸ਼ ਨੂੰ ਸੂਬਾ ਪੱਧਰ ਤੇ ਲੈ ਕੇ ਜਾਣ ਲਈ ਪੰਜਾਬ ਦੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਦੋਂ ਤੱਕ ਕੋਈ ਸਹਿਮਤੀ ਬਣਦੀ ਹੈ। ਪੰਜਾਬ ਦੇ ਕਿਸਾਨਾਂ ਨੇ ਮੁੜ ਦਿੱਲੀ ਅੰਦੋਲਨ ਦੀ ਤਿਆਰੀ ਵਿੱਢ ਲਈ ਹੈ। ਇਸ ਦੇ ਤਹਿਤ ਅੱਜ ਪੰਜਾਬ ਦੇ ਮਾਝਾ ਹਲਕੇ 'ਚ ਅਜਨਾਲਾ ਗੁਰੂ ਕਾ ਬਾਗ ਅਤੇ ਗੱਗੋ ਮਾਹਲ ਜ਼ੋਨ ਦੇ ਕਿਸਾਨਾਂ ਦੀ ਕਨਵੈਨਸ਼ਨ ਕਰਵਾਈ ਗਈ। ਇਸ ਕਨਵੈਨਸ਼ਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਵੀ ਸੰਬੋਧਿਤ ਕੀਤਾ। ਪੰਧੇਰ ਨੇ ਕਿਹਾ ਕਿ ਕੜਾਕੇ ਦੀ ਠੰਡ ਅਤੇ ਲਗਾਤਾਰ ਵੱਧ ਰਹੀ ਸੰਘਣੀ ਧੁੰਦ ਦੇ ਬਾਵਜੂਦ ਵੱਡੀ ਗਿਣਤੀ 'ਚ ਕਿਸਾਨ ਇਸ ਕਨਵੈਨਸ਼ਨ 'ਚ ਪਹੁੰਚੇ ਨੇ। ਇਸ ਮਗਰੋਂ 2 ਜਨਵਰੀ ਨੂੰ ਜੰਡਿਆਲਾ ਗੁਰੂ ਅਤੇ 6 ਜਨਵਰੀ ਨੂੰ ਬਰਨਾਲਾ ਮੰਡੀ ਵਿਖੇ ਕਿਸਾਨਾਂ ਦੀਆਂ ਮਹਾਂਰੈਲੀਆਂ ਹੋਣਗੀਆਂ। ਇਹਨਾਂ ਮਹਾਂਰੈਲੀਆਂ ਦੌਰਾਨ ਦਿੱਲੀ ਮੋਰਚੇ ਦਾ ਐਲਾਨ ਕੀਤਾ ਜਾਵੇਗਾ। ਪੰਧੇਰ ਨੇ ਕਿਹਾ ਕਿ ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਵਹੀਰਾ ਕੱਤਣ ਲਈ ਤਿਆਰ ਬੈਠੇ ਨੇ। ਕਿਸਾਨ ਕੇਂਦਰ ਸਰਕਾਰ ਤੋਂ MSP ਦੀ ਗਰੰਟੀ ਦਾ ਕਾਨੂੰਨ, ਲਖੀਮਪੁਰ ਖੀਰੀ ਦੇ ਇਨਸਾਫ਼ ਅਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਅੰਦੋਲਨ ਦੌਰਾਨ ਦਰਜ ਕੀਤੇ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਕਿਸਾਨਾਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਨੂੰ ਘੇਰਿਆ ਜਾਂਦਾ ਰਿਹਾ ਹੈ।
ਹੁਣ ਇਸੇ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਵੱਲੋਂ ਜੰਡਿਆਲਾ ਗੁਰੂ ਰੈਲੀ ਦੀ ਤਿਆਰੀ ਲਈ ਚਮਿਆਰੀ ਮੰਡੀ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਜਿੱਥੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਲੜਾਈ ਲਈ ਤਿਆਰ ਰਹਿਣ ਉਹਨਾਂ ਕਿਹਾ ਕਿ ਸਰਕਾਰਾਂ ਨੂੰ ਹਰਾਇਆ ਜਾ ਸਕਦਾ ਹੈ ਪਰ ਮਿਲ ਕੇ ਲੜਨ ਦੀ ਜ਼ਰੂਰਤ ਹੈ ਐਤਕੀ ਲਕਸ਼ਣ ਜਿੱਤਣ ਤੋਂ ਬਾਅਦ ਇਹ ਲੈਣ ਕੱਢ ਦੇਣੀ ਹੈ ਤਾਂ ਫਿਰ ਚਮਿਆਰੀ ਵਾਲਿਆਂ ਨੂੰ ਪੁੱਛਣ ਦੀ ਲੋੜ ਨਹੀਂ ਵੀ ਤੁਸੀਂ ਜ਼ਮੀਨ ਦੇਣੀ ਆ ਕੇ ਇੱਥੋਂ 1000 ਕਿੱਲਾ ਕਿਸੇ ਕੰਪਨੀ ਨੂੰ ਪਸੰਦ ਆ ਗਿਆ ਲੈ ਲੂਗੀ ਖਾਤੇ ਤੁਹਾਡੇ 'ਚ ਪੈਸੇ ਪਾਊਗੇ ਪੈਸਾ ਤੇ ਲਾਤਾ ਨੂੰ ਦੇਣਗੇ ਅਤੇ ਆਖਣਗੇ ਜੁੱਲੀ ਬਿਸਤਰਾ ਚੁੱਕੋ ਅਤੇ ਜਿੱਧਰ ਮਰਜ਼ੀ ਪੈਸੇ ਤਾਂ ਉਹਨਾਂ ਕੋਲ ਵਾਧੂ ਦੋ ਵੱਡੇ ਹਮਲੇ ਆ ਮੰਡੀ ਤੋੜਨ ਵਾਲਾ ਅਤੇ ਜ਼ਮੀਨਾਂ ਖੋਣ ਵਾਲਾ ਆ ਟੇਢੇ ਢੰਗ ਨਾਲ ਰਿਹਾ ਉਹ ਖੇਤੀ ਕਾਨੂੰਨਾਂ 'ਚ ਸਿੱਧੇ ਢੰਗ ਨਾਲ ਹੀ ਅਤੇ ਇੱਥੇ ਟੇਢੇ ਢੰਗ ਨਾਲ ਆ ਰਿਹਾ ਖੇਤੀ ਦਾ ਕਾਨੂੰਨ ਕਹਿੰਦਾ ਸੀ ਵੀ ਮੰਡੀ ਦੇ ਵਿੱਚ ਵਪਾਰੀ ਨੂੰ ਕੋਈ ਟੈਕਸ ਨਹੀਂ ਲੱਗੂਗਾ ਅਤੇ ਵਿਦੇਸ਼ਾਂ ਤੋਂ ਜਿਹੜੀ ਆ ਰਹੀ ਆ ਫਸਲ ਉਹਦੇ ਵਿੱਚ ਇਹ ਸ਼ਰਤ ਹੈ ਵੀ ਵਿਦੇਸ਼ਾਂ ਤੋਂ ਆਈ ਫਸਲ ਨੂੰ ਵੀ ਕੋਈ ਮੋਦੀ ਸਰਕਾਰ ਟੈਕਸ ਨਹੀਂ ਲਾਊਗਾ ਹੁਣ ਦੋਵਾਂ ਦਾ ਫਰਕ ਕਿੰਨਾ ਗਿਆ ਉਹ ਸਾਡੀ ਮੰਡੀ ਸੀ ਉਹ ਵਿਦੇਸ਼ਾਂ ਤੋਂ ਲੈ ਕੇ ਅਰੇ ਢੰਗ ਤਾਂ ਹੋਈ ਆ ਤਰੀਕਾ ਤਾਂ ਹੋਈ ਇਸ ਕਰਕੇ ਸੱਦਿਆ ਇਕੱਠ ਵੀ ਤਗੜੇ ਹੋ ਜਾਓ ਇਹ ਵੱਡੇ ਹਮਲੇ ਆ ਅਗਲੀਆਂ ਗੱਲਾਂ 9 ਦਸੰਬਰ ਨੂੰ ਕੜਾਕੇ ਦੀ ਠੰਡ ਵਿੱਚ ਤੁਹਾਨੂੰ ਚਿੱਠੀ ਲਿਖਦਾ ਮੋਦੀ ਵੀ ਜਾਓ ਦਿੱਲੀਓਂ ਘਰਾਂ ਨੂੰ ਮੈਂ MSP ਗਰੰਟੀ ਕਾਨੂੰਨ ਬਣਾ ਦੂੰਗਾ ਇਹਨੂੰ ਧਿਆਨ ਨਾਲ ਸੁਣਿਓ ਸਾਡੀ ਮੰਗ ਕੀ ਆ ਮਿਨੀਮਮ ਸਪੋਰਟ ਪ੍ਰਾਈਜ਼ ਜਿਹਨੂੰ ਕਹਿੰਦੇ ਹਾਂ ਵੀ ਘੱਟੋ ਘੱਟ ਸਮਰਥਨ ਮੁੱਲ ਵੀ ਸਾਡਾ ਇਹ ਨਾ ਖਤਮ ਹੋਵੇ ਅਸੀਂ ਕਹਿੰਦੇ ਸਾਰੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਹੋਵੇ ਧਿਆਨ ਨਾਲ ਸੁਣੋ ਥੋੜ੍ਹਾ ਜਿਹਾ ਗੱਲ ਸੁਣ ਲਓਗੇ ਜਿਹੜੇ ਬੰਦੇ ਨੂੰ ਸਮਝਾਓਗੇ ਬੰਦਾ ਛਾਲਾ ਮਾਰਦਾ ਹੋ ਘੱਟੋ ਘੱਟ ਸਮਰਥਨ ਮੁੱਲ ਉਹ ਸਾਡਾ ਖਤਮ ਨਾ ਹੋਵੇ ਅਤੇ ਸਾਰੀਆਂ ਫਸਲਾਂ ਦੀ MSP ਅਸੀਂ ਕਹਿੰਦੇ ਹਾਂ ਤੈਅ ਹੋਵੇ ਤੁਹਾਨੂੰ ਦੱਸ ਦਈਏ ਕਿ MSP ਦੇ ਨਾਲ ਕਈ ਹੋਰ ਮੰਗਾਂ ਅਤੇ ਜੰਮੂ ਕਟੜਾ ਹਾਈਵੇ ਦੇ ਮੁਆਵਜ਼ੇ ਲਈ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰਾਂ ਕਾਰਪੋਰੇਟ ਘਰਾਣੇ ਨੂੰ ਖੇਤੀ ਵਿੱਚ ਦਾਖਲ ਕਰਵਾਉਣਾ ਚਾਹੁੰਦੀਆਂ ਨੇ ਤਾਂ ਕਿ ਛੋਟੇ ਕਿਸਾਨਾਂ ਦਾ ਖਾਤਮਾ ਕੀਤਾ ਜਾ ਸਕੇ ਤੇ ਸਨ ਹੁਣ ਤੱਕ ਦੀਆਂ ਖਬਰਾਂ ਜਲਦੀ ਜਲਦੀ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਚੋਣਵੀਆਂ ਖਬਰਾਂ ਤੇ 26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਤੇ ਸਿਆਸਤ ਗਰਮਾਈ ਸੁਨੀਲ ਜਾਖੜ ਨੇ ਕਿਹਾ ਖੋਦਿਆ ਪਹਾੜ ਤੇ ਨਿਕਲੀਆਂ ਤਸਵੀਰਾਂ ਪੰਜਾਬ ਦੀ ਝਾਕੀ ਨੂੰ ਇਸ ਲਈ ਪ੍ਰਵਾਨਗੀ ਨਹੀਂ ਮਿਲੀ ਕਿਉਂਕਿ ਉਸ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਸਨ ਪੰਜਾਬ ਦੀ ਝਾਕੀ ਵਿਵਾਦ ਤੇ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਦਖਲ ਦੇਣ ਦੀ ਅਪੀਲ ਸੁਖਬੀਰ ਬਾਦਲ ਨੇ ਕਿਹਾ ਪ੍ਰਧਾਨ ਮੰਤਰੀ ਦੇਸ਼ ਭਗਤ ਅਤੇ ਬਹਾਦਰ ਪੰਜਾਬੀਆਂ ਨਾਲ ਹੋ ਰਹੇ ਇਸ ਵਿਤਕਰੇ ਦਾ ਨੋਟਿਸ ਜ਼ਰੂਰ ਲੈਣ ਇਸ ਬੇਇਨਸਾਫੀ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸੁਨੀਲ ਜਾਖੜ ਤੇ ਕੀਤਾ ਪਲਟਵਾਰ ਕੰਗ ਨੇ ਕਿਹਾ ਜਾਖੜ ਕੇਂਦਰ ਸਰਕਾਰ ਦਾ ਪੱਖ ਪੂਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਝਾਕੀ 'ਚ ਕੋਈ ਕਮੀ ਨਹੀਂ ਸੀ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਹੋਈ ਤੀਜੀ ਮੀਟਿੰਗ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਅਤੇ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਦੀ ਦਿੱਤੀ ਚੇਤਾਵਨੀ ਚੰਡੀਗੜ੍ਹ ਦੇ ਨਾਲ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਰੈੱਡ ਅਲਰਟ ਕੀਤਾ ਜਾਰੀ ਸਰਹੱਦੀ ਇਲਾਕਿਆਂ 'ਚ ਵਿਜ਼ੀਬਿਲਟੀ 0 ਰਹਿਣ ਦੀ ਸੰਭਾਵਨਾ ਪ੍ਰਗਟਾਈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ TV ਪੰਜਾਬ